ਓਹ ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ। ਬਜ਼ਮੇ ਜ਼ਾਇਕਾ 'ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਇਸ ਵਕਤ ਸਿਟੀ ਬਿਊਟੀਫੁੱਲ 'ਚ ਆ ਅਤੇ ਸੋਚ ਰਹੇ ਸੀ ਕਿਉਂ ਨਾ ਕੁਛ ਸਟਰੀਟ ਖਾਇਆ ਜਾਏ, ਸਟਰੀਟ ਫੂਡ ਤੜਕਦਾ ਭੜਕਦਾ ਕੁਛ ਖਾਇਆ ਜਾਏ ਜਿਹੜਾ ਮਤਲਬ ਮਜ਼ਾ ਆ ਜਾਏ ਖਾ ਕੇ। ਤਾਂ ਫਿਰ ਅਸੀਂ ਪਹੁੰਚੇ 27 ਸੈਕਟਰ। ਇਸ ਵਕਤ ਅਸੀਂ ਬਿਲਕੁਲ 27 ਅਤੇ 28 ਦੀ ਡਿਵਾਈਡਿੰਗ 'ਚ ਆ। 28 ਸੈਕਟਰ ਜਿਹੜਾ ਪਾਲ ਢਾਬੇ ਲਈ ਮਸ਼ਹੂਰ ਹੈ, ਅਤੇ ਜੇ 27 ਦੀ ਗੱਲ ਕਰੀਏ ਇਹ ਹੈਗਾ ਮਸ਼ਹੂਰ ਰਾਮੂ ਈਟਿੰਗ ਕੋਰਨਰ ਕਰਕੇ, ਕਿਉਂਕਿ ਇੱਥੇ ਜਿਹੜਾ ਭਿੱਜਾ ਕੁਲਚਾ ਮਿਲਦਾ ਉਹ ਸ਼ਾਇਦ ਪੂਰੇ ਚੰਡੀਗੜ੍ਹ 'ਚ ਇਹੋ ਜਿਹਾ ਨਹੀਂ ਮਿਲਦਾ, ਕਿਉਂਕਿ 1990 ਦੀ ਇਹ ਲੈਗੇਸੀ ਹੈ ਜਦ ਤੋਂ ਇਹ ਸ਼ੁਰੂਆਤ ਹੋਈ ਸੀ। ਤਾਂ ਉਹ ਤੁਹਾਨੂੰ ਦਿਖਾਉਂਦੇ ਹਾਂ ਆਖਿਰਕਾਰ ਇਸ ਕੁਲਚੇ ਮੈਂ ਐਸੀ ਕਿਆ ਕਲਾਕਾਰੀ ਹੈ। ਇਸ ਵਕਤ ਰਾਮੂ ਜੀ ਸਾਡੇ ਨਾਲ ਨੇ। ਰਾਮੂ ਜੀ ਜਿਹਨੂੰ ਲੋਕ ਕੁੱਕੀ ਜੀ ਦੇ ਨਾਂ ਤੋਂ ਵੀ ਜਾਣਦੇ ਨੇ। ਰਾਮੂ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਹੋਈ, ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ। 91 ਤੋਂ ਸ਼ੁਰੂ ਹੋਈ ਹੈ ਕੁੱਕੀਸ ਹੌਟ ਸ਼ੌਪ ਦੇ ਨਾਮ ਤੋਂ। ਮੈਂ ਉਸਕੋ ਚਲਾਇਆ ਮੈਨੇ 20 ਸਾਲ। ਉਸਕੇ ਬਾਅਦ ਹਮਨੇ ਪਾਰਟਨਰਸ਼ਿਪ ਮੈਂ ਕੰਮ ਲਿਆ, ਅਬ ਵਟ ਆਪਣਾ ਕੰਮ ਕਰ ਲਿਆ ਹੈ, 2 ਸਾਲ ਹੋ ਗਏ। ਬਾਕੀ ਸਾਰਾ ਹਮਨੇ ਕੰਮ ਮਾਲਕ ਥਾ ਨਾ, ਉਹ ਮੇਰੇ ਕੋ ਬਤਾਇਆ ਕਿ ਰਾਮੂ ਇੱਕ ਦਿਨ ਐਸਾ ਟਰਾਈ ਕੀਆ ਜਾਏ ਭੀਗਾ ਕੁਲਚਾ। ਮੈਂ ਭੀਗਾ ਕੁਲਚਾ ਲਗਾਇਆ, ਲੋਕੋ ਕੋ ਬਹੁਤ ਪਸੰਦ ਆਇਆ। ਤੋ ਉਸਕੇ ਬਾਅਦ ਕਿਆ ਕਹਦੇ ਧੀਰੇ ਧੀਰੇ ਚੱਲ ਪੜਾ। ਅਬ ਜੋ ਹੈ ਅਬ ਇਹ ਜ਼ਿਆਦਾ ਪਨੀਰ ਪੇ ਜ਼ੋਰ ਆਇਆ ਹੋਇਆ ਕਿ ਪਨੀਰ ਭੀਗਾ ਕੁਲਚਾ ਚਲਦਾ। ਅੱਛਾ, ਕੁਲਚਾ ਤਾਂ ਅਸੀਂ ਅੰਮ੍ਰਿਤਸਰ ਦਾ ਵੀ ਕਹਿ ਦਿੰਦੇ ਹਾਂ ਕਿ ਅੰਮ੍ਰਿਤਸਰ ਦਾ ਕੁਲਚਾ ਦੂਸਰਾ ਹੁੰਦਾ ਹੈ, ਹਾਂ ਇਹ ਦੂਸਰਾ ਹੈ, ਇਹ ਡਿਫਰੈਂਟ ਹੈ। ਡਿਫਰੈਂਸ ਕਿਆ ਹੈ ਉਹ ਵੀ ਦਿਖਾਓ ਜ਼ਰੂਰ। ਇਹ ਉਹ ਤਾਂ ਪਤਲਾ, ਉਹ ਵੀ ਮੈਂ ਮੰਗਵਾਇਆ ਥਾ ਅੰਮ੍ਰਿਤਸਰ ਸੇ, ਤੋ ਇੱਕ ਦਿਨ ਉਹ ਮਤਲਬ ਠੀਕ ਨਹੀਂ ਆਇਆ, ਫਿਰ ਮੈਂ ਬੰਦ ਕਰ ਦਿਆ। ਤੋ ਇਸਕੋ ਮੈਨੇ ਆਪਣੇ ਸਾਈਜ਼ ਮੈਂ ਬਣਵਾਇਆ ਜੀ, ਜ਼ਰਾ ਮੋਟਾ ਹੋਣਾ ਚਾਹੀਏ ਔਰ ਮੈਂ ਇੱਕ ਕੇ ਖਾਣੇ ਸੇ ਦੁਬਾਰਾ ਸਵਾਦ ਮਤਲਬ ਕਿ ਗਾਹਕ ਕੋ ਦੂਸਰਾ ਖਾਣੇ ਕੀ ਜ਼ਰੂਰਤ ਨਹੀਂ ਪੜਤੀ। ਅੱਛਾ, ਮਜ਼ੇਦਾਰ ਮਜ਼ੇਦਾਰ ਚੀਜ਼ ਹੈ, ਮੈਂ ਕਦੇ ਇਹ ਨਹੀਂ ਦੇਖਿਆ ਕਿ ਕਦੇ ਕੁਲਚੇ 'ਚ ਜਿਹੜਾ ਇਹ ਕੁਲਚਾ ਹੁੰਦਾ ਹੈ ਤਾਂ ਨੋਰਮਲ ਅਸੀਂ ਖਾ ਲੈਂਦੇ ਹਾਂ ਨਾ ਚਨਿਆਂ ਨਾਲ, ਇਸ 'ਚ ਪਨੀਰ ਸਟਫਿੰਗ ਹੈ? ਹਾਂਜੀ, ਪਨੀਰ ਸਟਫਡ ਹੈ, ਆਲੂ ਸਟਫਡ ਹੈ, ਇਸਮੇ ਆਲੂ ਭਰੇ ਹੋਏ ਹੈ ਔਰ ਇਸਮੇ ਸਾਰੇ ਆਲੂ ਹੈ। ਜਬ ਹਮ ਬਣਾਤੇ ਹੈ ਔਰਡਰ ਦੇ ਕੇ ਦੇਤੇ ਹੈ ਤੋ ਉਹ ਆਲੂ ਭਰ ਕੇ ਪਹਿਲੇ ਹੀ ਆਏਗਾ, ਇਹ ਪਨੀਰ ਇੱਕਦਮ ਪੂਰੇ ਮੈਂ ਭਰਾ ਹੁਆ ਹੈ, ਫਿਰ ਇਸਕੋ ਹਮ ਗਰਮ ਕਰਕੇ ਇਸਮੇ ਦੇਤੇ ਹੈ। ਇਸਕੋ ਹਮ ਦੇ ਕੇ ਨਿਕਾਲ ਕੇ 5 ਮਿੰਟ ਬਾਅਦ ਹਮ ਗਾਹਕ ਕੋ ਖਿਲਾਤੇ ਹੈ, ਗਾਹਕ ਕਾ ਜਵਾਬ ਬਹੁਤ ਬੜੀਆ ਹੈ। ਤੋ ਹਮੇ ਇਹ 33 ਸਾਲ ਹੋ ਗਏ ਇਹੀ ਕੰਮ ਕਰਤੇ ਹੋਏ ਔਰ ਬਕਵਟ ਹਮਾਰਾ ਪਕੌੜੇ ਕਾ ਵੀ ਕੰਮ ਹੈ, ਪਕੌੜੇ ਵੀ 4:30-5 ਵਜੇ ਉਹ ਵੀ ਲਗੇਗੇ, ਅਭੀ ਉਹ ਤਿਆਰ ਨਹੀਂ ਹੈ, ਤਿਆਰ ਹੋਣਗੇ ਯਹੀ ਪਰ ਹੀ ਹੋਏ। ਫਿਰ ਲਾਈਨ ਲੱਗ ਜਾਤੀ ਹੈ ਯਹਾਂ ਪੇ? ਨਹੀਂ, ਅਭੀ ਤੋ ਨਹੀਂ, ਮਤਲਬ ਜੈਸੇ ਪਤਾ ਚੱਲ ਰਿਹਾ ਅਭੀ ਨਵਾਂ ਨਵਾਂ ਕੰਮ ਥਾ ਤੋ ਅਬ ਧੀਰੇ ਧੀਰੇ ਪਤਾ ਚੱਲ ਰਿਹਾ ਹੈ, ਤੋ ਗਾਹਕ ਮੇਰੇ ਕੋ ਆਉਣੇ ਲੱਗੇ। ਜਿਸਕੋ ਪਤਾ ਚੱਲਦਾ ਹੈ ਯਹਾਂ ਰਾਮੂ ਇਸ ਜਗ੍ਹਾ ਪਰ ਹੈ, ਤੋ ਉਹ ਢੂੰਢਤੇ ਢੂੰਢਤੇ ਪਹੁੰਚ ਹੀ ਜਾਂਦਾ ਹੈ। ਅੱਛਾ, ਉਹ ਸੈਟਰਡੇ ਸੰਡੇ ਕੋ ਕਿਆ ਹਾਲ ਹੁੰਦਾ ਹੈ? ਔਰ ਦੂਰ ਦੂਰ ਸੇ ਗਾਹਕ ਆਤੇ ਹੈ। ਕਹਾਂ ਕਹਾਂ ਸੇ ਆਏ? ਕੋਈ ਅੰਬਾਲਾ ਸੇ ਆਤੇ ਹੈ। ਅੱਛਾ, ਇਹ ਰੋਪੜ ਸੇ ਆ ਗਏ, ਇੱਧਰ ਮੋਹਾਲੀ ਸੇ ਆ ਗਏ, ਖੜਾੜ ਤੋਂ ਆ ਗਏ, ਸਾਰੇ ਜਹਾਂ ਜਹਾਂ ਇਹ ਵੀਡੀਓ ਪਹੁੰਚੀ ਹੋਈ ਹਮਾਰੀ ਇੱਕ, ਉਹ ਮਤਲਬ ਦੇਖ ਕੇ ਪਹਿਚਾਣ ਜਾਤੇ ਕਿ ਰਾਮੂ ਉਹੀ ਹੈ ਜੋ ਅੱਜ ਸੇ 30 ਸਾਲ ਪਹਿਲੇ ਹਮਨੇ ਖਾਇਆ ਥਾ ਕੁਲਚਾ। ਅੱਛਾ, ਵਹੀ ਟੇਸਟ ਹੈ? ਹਾਂ ਜੀ, ਵਹੀ ਟੇਸਟ ਹੋਏਗਾ। ਔਰ ਸ਼ੁਰੂ ਮੈਂ ਹਮਨੇ ਮਤਲਬ ਜਬ 91 ਸ਼ੁਰੂ ਕੀਆ ਨਾ ਤੋ ਕਿਸੀ ਕੋ ਪਤਾ ਨਹੀਂ ਥਾ ਕਿ ਇਹ ਐਸਾ ਕੰਮ ਹੋਗਾ, ਧੀਰੇ ਧੀਰੇ ਹਮਨੇ ਇਸ ਕੰਮ ਕੋ ਬੜਾਤਾ ਗਿਆ। ਯਾਨੀ ਉਸ ਦੌਰਾਨ ਜਬ ਕਿਸੀ ਕੋ ਪਤਾ ਨਹੀਂ ਥਾ ਕਿ ਭਿੱਜਾ ਕੁਲਚਾ ਕਿਆ ਹੁੰਦਾ ਹੈ, ਆਪਨੇ ਵੇਚਣਾ ਸ਼ੁਰੂ ਕਰ ਦਿਆ ਥਾ। ਹਾਂ ਜੀ, ਹਾਂ ਜੀ, ਹਮਨੇ ਪਹਿਲਾ ਚਾਂਸ ਹਮਨੇ ਨਿਕਾਲਾ ਹੈ। ਵਾਹ, ਮਜ਼ੇਦਾਰ ਗੱਲ ਹੈ। ਇੱਕ ਵਾਰ ਜ਼ਰੂਰ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਦਿਖਾਣ, ਕਿਉਂਕਿ ਕੁਲਚੇ ਤੁਸੀਂ ਬਹੁਤ ਖਾਧੇ ਹੋਣੇ, ਅੰਮ੍ਰਿਤਸਰੀ ਖਾਧਾ ਹੋਣਾ, ਇਸ ਤਰੀਕੇ ਦਾ ਖਾਧਾ ਹੋਣਾ, ਪਰ ਕਦੇ ਸਟਫਿੰਗ ਨਹੀਂ ਦੇਖੀ ਹੋਣੀ ਜਿਹੜੀ ਸਟਫਿੰਗ ਇਹ ਦੇ ਰਹੇ ਨੇ। ਇੱਕ ਤਾਂ ਆਲੂ ਹੈ, ਹਾਂਜੀ, ਪਨੀਰ ਹੈ, ਔਰ ਕੌਣ ਸੀ ਹੈ? ਪਲੇਨ ਕੁਲਚਾ ਹੈ, ਇੱਕ ਪਲੇਨ ਵੀ ਆਸ਼ਾ, ਪਲੇਨ ਵੀ ਦਿਖਾ ਦਿੰਦੇ ਆ ਜਿਹੜਾ ਅਸੀਂ ਨੋਰਮਲ ਖਾਂਦੇ ਆ। ਹਾਂ, ਇਹ ਪਰ ਉਹ ਵੀ ਵੱਖਰਾ ਹੈ, ਇੱਥੇ ਉਹਦਾ ਸਾਈਜ਼ ਦੇਖੋ ਇੱਕ ਵਾਰ। ਸਭ ਤੋਂ ਸ਼ੁਰੂ ਮੈਂ ਇਹੀ ਸਟਾਰਟ ਕੀਤਾ ਥਾ ਮੈਨੇ ਇਹ ਹਾਂ ਇਸੇ। ਹਾਂ ਜੀ, ਯਹਾਂ ਸੇ ਯਹਾਂ ਤੱਕ ਹਮ। ਕਿੰਨਾ ਬੜਾ ਸਾਈਜ਼ ਹੈ! ਅਮੂਮਨ ਤੁਸੀਂ ਛੋਟਾ ਜਿਹਾ ਖਾਂਦੇ ਹੋ, ਜਿਸੇ 3-4 ਖਾ ਲੈਂਦੇ, ਪਰ ਮੈਨੂੰ ਲੱਗਦਾ ਇੱਕ ਖਾ ਕੇ ਤੁਹਾਡਾ ਢਿੱਡ ਭਰ ਜਾਣਾ। ਤੇ ਫਿਰ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਇਹ ਖਾਓਗੇ, ਯਾਨੀ ਪਨੀਰ ਵਾਲਾ ਖਾਓਗੇ ਤੇ ਆਲੂ ਵਾਲਾ ਖਾਓਗੇ, ਤਾਂ ਫਿਰ ਤੁਸੀਂ ਇਟਾਲੀਅਨ ਪੀਜ਼ਾ ਭੁੱਲ ਜਾਓਗੇ, ਕਿਉਂਕਿ ਜੋ ਇਹ ਚੀਜ਼ ਮਿਲੇਗੀ ਨਾ, ਮੈਨੂੰ ਤਾਂ ਮੂੰਹ 'ਚ ਪਾਣੀ ਆ ਰਿਹਾ ਹੁਣ, ਕਿਉਂਕਿ ਪਾਣੀ ਦੇ ਅਸੀਂ ਗੱਲ ਕਰ ਰਹੇ ਹਾਂ। ਜੇ ਤਰੀ ਦੀ ਗੱਲ ਕਰੀਏ ਫਿਰ ਜ਼ਰੂਰੀ ਹੋਣੀ ਹੈ, ਕਿਉਂਕਿ ਇਹ ਜ਼ਰੂਰ ਦਿਖਾਓ ਜੀ ਇਸ 'ਚ ਕੀ ਹੈ। ਇਹ ਤਾਂ ਭੀਗਾ ਕੁਲਚਾ ਹੈ ਜੀ। ਕੀ ਬਾਤ ਹੈ, ਇੱਕ ਬਣ ਕੇ ਰੱਖਿਆ ਹੋਇਆ ਜੀ। ਹਾਂ, ਅਭੀ ਮੈਂ ਆਪਕੋ ਟ੍ਰਾਈ ਮਾਰ ਦੇਤਾ ਹੂੰ, ਮੈਂ ਨਿਕਾਲ ਕੇ ਦਿਖਾਤਾ ਹੂੰ ਆਪਕੋ। ਥਾਲੀ ਸਾਫ਼ ਕੀ ਹੈ, ਪੂਰਾ ਹਾਈਜੀਨਿਕ ਕੰਮ, ਸਾਫ਼ ਸੁਥਰੀ ਕਿਚਨ, ਇੱਥੇ ਹੀ ਸਾਰਾ ਕੁਝ ਬਣਦਾ ਹੈ।
ਇੱਥੇ ਆਪ ਹੀ ਬਣਾਈ ਦਾ ਆਪ ਹੀ ਵੇਚੀ ਦਾ ਜੀ। ਚਟਨੀ ਪਾ ਜੀ। ਚਟਨੀ ਚਟਨੀ ਵੀ ਆਪ ਬਣਾਉਂਦੇ ਹੋ? ਹਾਂ ਹਾਂ ਸਭ ਬਾਜ਼ਾਰ ਮਤਲਬ ਕਿ ਆਪਣਾ ਲਾ ਕੇ ਸਭ ਆਪਾਂ ਖੁਦ ਬਣਾਈ ਆ। ਮੈਂ ਕੋਈ ਬਾਜ਼ਾਰੋਂ ਸੌਦਾ ਜਾਂ ਕੋਈ ਰੰਗ ਰੁੰਗ ਕੋਈ ਮੈਨੇ ਉਹ ਇਹਨੇ ਕਈ ਰੰਗ ਡਾਲ ਦਿੱਤੇ, ਹਮ ਰੰਗ ਨਹੀਂ ਡਾਲਦੇ ਚਟਨੀ। ਅੱਛਾ। ਧਨੀਆ ਪੁਦੀਨਾ ਪਿਆਜ਼ ਕੋਈ ਰੰਗ ਨਹੀਂ ਪਾਲਕ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਕਿ ਹਾਰਮਫੁਲ ਹੋਏ। ਬਿਲਕੁਲ ਔਰਗੈਨਿਕ ਇੱਕ ਤਰੀਕੇ ਨਾਲ ਘਰ ਦਾ ਬਣਿਆ ਹੋਇਆ ਭਿੱਜਾ ਕੁਲਚਾ। ਹੁਣ ਜੀ ਇਹਨੂੰ ਟਰਾਈ ਵੀ ਕਰਦੇ ਹਾਂ ਅਤੇ ਆਖਿਰਕਾਰ ਦੱਸਦੇ ਹਾਂ, ਕਿਉਂਕਿ ਇਸ ਤੋਂ ਇਲਾਵਾ ਇਹਨਾਂ ਕੋਲ ਕੜੀ ਵੀ ਹੈ, ਬਹੁਤ ਕੁਛ ਇਹਨਾਂ ਦਾ। ਬੇਟਾ ਜ਼ਰੂਰ, ਬੇਟੇ ਨੂੰ ਕਹੂੰਗਾ ਇੱਕ ਵਾਰ ਜ਼ਰੂਰ ਨਾ ਲਾਏ। ਇਸ ਵਕਤ ਕਸ਼ਿਸ਼ ਮੇਰੇ ਨਾਲ ਨੇ, ਰਾਮੂ ਜੀ ਦੇ ਬੇਟੇ ਨੇ, ਜਿਹੜੇ ਕਿ ਅੱਗੇ ਦੁਕਾਨ ਚਲਾਉਣਗੇ। ਪਰ ਮਜ਼ੇਦਾਰ ਗੱਲ ਹੈ, ਪਿੱਛੇ ਟ੍ਰੈਫਿਕ ਹੈ, ਪਿੱਛੇ ਸੜਕ ਹੈ, ਅਤੇ ਸਾਹਮਣੇ ਪਾਲ ਢਾਬ ਹੈ ਜਿੱਥੇ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਹੋਇਆ ਜ਼ਾਇਕਾ ਕਿਹੋ ਜਿਹਾ। ਅਤੇ ਬਿਲਕੁਲ ਸਾਹਮਣੇ ਇਹ ਨੇ ਜਿਹੜੇ ਕਿ ਹੁਣ ਸਾਨੂੰ ਭਿੱਜਾ ਕੁਲਚਾ ਅਤੇ ਨਾਲ ਔਰ ਬਹੁਤ ਕੁਛ ਖਿਲਾਉਣ ਜਾ ਰਹੇ ਨੇ। ਸਭ ਤੋਂ ਪਹਿਲਾਂ ਜੀ ਟਰਾਈ ਕਰਦੇ ਹਾਂ, ਪਹਿਲਾਂ ਖਾਣੇ ਤੋਂ ਟਰਾਈ ਕਰਦੇ ਹਾਂ। ਭਿੱਜਾ ਕੁਲਚਾ ਤੁਹਾਨੂੰ ਆਖਿਰ 'ਚ ਦੱਸਾਂਗੇ, ਨਹੀਂ ਤਾਂ ਤੁਸੀਂ ਚਲੇ ਜਾਣਾ। ਸਭ ਤੋਂ ਪਹਿਲਾਂ ਟਰਾਈ ਕਰਦੇ ਹਾਂ ਜੀ ਚਾਵਲ, ਚਾਵਲ ਦੇ ਨਾਲ ਰਾਜਮਾਂਹ ਕਰੀਏ ਜੀ। ਯੈਸ ਯੈਸ ਬਿਲਕੁਲ ਸਰ, ਆਪ ਟਰਾਈ ਕੀਜੀਏ। ਆ ਟਰਾਈ ਕਰਦੇ ਹਾਂ ਰਾਜਮਾਂਹ ਦੇ ਨਾਲ ਚਾਵਲ। ਇਹ ਆਈ ਥਿੰਕ ਸਭ ਤੋਂ ਜ਼ਿਆਦਾ ਲੰਚ ਵੇਲੇ ਲੱਗਦਾ ਹੋਣਾ। ਹਾਂਜੀ, ਹਮਾਰੇ ਪਾਸ ਲੰਚ ਮੇਂ ਤਿੰਨੋ ਆਈਟਮਸ ਰਹਿਤੀ ਹੈਂ, ਰਾਜਮਾਂਹ ਚਾਵਲ, ਕੜੀ ਚਾਵਲ ਔਰ ਚਨੇ ਚਾਵਲ। ਕੋਸ਼ਿਸ਼ ਕਰ ਰਹਤੀ ਹੈ ਕਿਸ ਤਰੀਕੇ ਕੇ ਬਣਾਏ ਜਾਏ? ਕੋਸ਼ਿਸ਼ ਇਹ ਰਹਿਤੀ ਹੈ ਕਿ ਹਮਾਰਾ ਜੋ ਖਾਣਾ ਹੈ ਵੋ ਐਸਾ ਰਹੇ ਜਿਸਮੇਂ ਜ਼ਿਆਦਾ ਮਿਰਚ ਮਸਾਲੇ ਨਾ ਹੋ, ਘਰ ਜੈਸਾ ਫੀਲ ਹੋ ਕਿ ਕੋਈ ਵੀ ਯਹਾਂ ਪਰ ਖਾ ਰਹਾ ਹੈ ਖਾਣਾ, ਉਸਕੋ ਐਸਾ ਲਗੇ ਕਿ ਮੈਂ ਘਰ ਮੇਂ ਹੀ ਖਾ ਰਹਾ ਹੂੰ ਖਾਣਾ। ਕਿਉਂਕਿ ਅੱਜ ਕੱਲ੍ਹ ਲੋਕ ਸਾਰਾ ਅੱਜ ਕੱਲ੍ਹ ਜੈਸੇ ਹੈਲਥ ਪ੍ਰੋਬਲਮਸ ਬੜਤੀ ਜਾ ਰਹੀ ਹੈ, ਤੋ ਲੋਕ ਅੱਜ ਕੱਲ੍ਹ ਸਾਦਾ ਖਾਣਾ ਜ਼ਿਆਦਾ ਪਸੰਦ ਕਰਤੇ ਹੈ ਕਿ ਜੋ ਹਮੇਂ ਘਰ ਜੈਸਾ ਟੇਸਟ ਬਾਹਰ ਮਿਲ ਜਾਏ, ਤੋ ਉਸਕੋ ਜ਼ਿਆਦਾ ਪਸੰਦ ਕਰਤੇ ਹੈ। ਬਿਲਕੁਲ ਸਹੀ ਬਾਤ ਹੈ, ਹਮਾਰੀ ਵੀ ਕੋਸ਼ਿਸ਼ ਐਸੀ ਰਹਿਤੀ ਹੈ। ਕਿਉਂਕਿ ਮੈਂ ਰਾਜਮਾਂਹ ਟਰਾਈ ਕੀਤੇ ਨੇ, ਥੋੜ੍ਹਾ ਜਿਹਾ ਤਿੱਖਾਪਨ ਹੈ, ਮਸਾਲਾ ਥੋੜ੍ਹਾ ਜਿਹਾ, ਪਰ ਬਹੁਤ ਜ਼ਿਆਦਾ ਕਿਸੇ ਚੀਜ਼ 'ਤੇ ਹਾਵੀ ਨਹੀਂ, ਮਜ਼ੇਦਾਰ ਹੈ, ਬਹੁਤ ਮਜ਼ੇਦਾਰ। ਹੁਣ ਜੀ ਚਨੇ, ਜਿਹਦੇ ਕਰਕੇ ਸਾਡੇ ਕੁਲਚੇ ਭਿੱਜ ਜਾਂਦੇ ਨੇ, ਉਹ ਟਰਾਈ ਕਰਦੇ ਹਾਂ ਚਾਵਲ ਦੇ ਨਾਲ। ਥੋੜ੍ਹੀ ਜਿਹੀ ਮਿਠਾਸ ਹੈ, ਥੋੜ੍ਹਾ ਜਿਹਾ ਖੱਟਾ ਬਣਿਆ, ਕੀ ਹੈ ਇਸ? ਇਸਕੋ ਹਮ ਬਣਾਤੇ ਹੈ ਕਿ ਤਾਂ ਕਿ ਜੋ ਕੁਲਚੇ ਹੈ ਹਮਾਰੇ ਉਸਕੇ ਸਾਥ ਇੱਕ ਕੋਂਬੀਨੇਸ਼ਨ ਤਿਆਰ ਹੋ। ਕੁਲਚੇ ਹਮਾਰੇ ਥੋੜ੍ਹੇ ਸੇ ਕਹਿਣੇ ਕਾ ਮਤਲਬ ਫੀਕੇ ਹੋਤੇ ਹੈ, ਤੋ ਚਨੇ ਹਮ ਥੋੜ੍ਹੇ ਜਿਹੇ ਚਟਪਟੇ ਰੱਖਤੇ ਹੈ ਕਿ ਜੋ ਉਸਕਾ ਕੋਂਬੀਨੇਸ਼ਨ ਹੈ ਵੋ ਇੱਕ ਬਹੁਤ ਨਿਖਰ ਕਰ ਆਏ, ਟੇਸਟ ਅਗਰ ਖਾਏ ਹਮ ਤੋ ਵੋ ਬਹੁਤ ਅੱਛਾ ਲਗੇ, ਟੇਸਟ ਅਲਗੇ। ਕਿਆ ਬਾਤ ਹੈ। ਹੁਣ ਜੀ ਕੜੀ, ਕੜੀ ਬਹੁਤ ਜ਼ਰੂਰੀ ਹੈ ਜੀ, ਕੜੀ ਜਿੰਨੀ ਵਧੀਆ ਹੋਏ ਨਾ ਚਟੋਰੀ ਓਨਾ ਮਜ਼ਾ ਆਉਂਦਾ। ਕੜੀ ਤਿੱਖੀ ਹੈ, ਥੋੜ੍ਹੀ ਜਿਹੀ ਖੱਟੀ ਹੈ, ਥੋੜ੍ਹੀ ਜਿਹੀ ਮਿੱਠੀ ਹੈ, ਓਵਰਆਲ ਮਜ਼ੇਦਾਰ ਹੈ, ਬਹੁਤ ਜ਼ਾਇਕੇਦਾਰ ਸੀ, ਮਜ਼ੇਦਾਰ ਸੀ। ਹੁਣ ਬਾਰੀ ਆਉਂਦੀ ਹੈ ਜਿਹਦੇ ਕਰਕੇ ਮਸ਼ਹੂਰ ਨੇ, ਉਹ ਹੈ ਭਿੱਜਾ ਕੁਲਚਾ। ਟਰਾਈ ਕਰੀਏ ਜੀ ਭਿੱਜਾ ਕੁਲਚਾ। ਹਾਂਜੀ ਹਾਂਜੀ ਸਰ, ਬਿਲਕੁਲ ਆਪਾਂ ਟਰਾਈ ਕਰੀਏ। ਯੈਸ ਹਾਂ ਜੀ, ਆਪਾਂ ਤੋੜ ਲਿਆ, ਪਨੀਰ ਵਾਲਾ ਹੈ। ਆਹ ਦੇਖੋ ਕਿੰਨਾ ਵੱਡਾ ਹੈ, ਇੱਕ ਬਾਈਟ ਮੇਰੇ ਮੂੰਹ 'ਚ ਨਹੀਂ ਆਉਣੀ ਪੂਰੀ ਬਾਈਟ, ਇੰਨੀ ਵੱਡੀ ਹੈ। ਪਨੀਰ ਦਾ ਫਲੇਵਰ, ਪਨੀਰ ਦੀ ਜੋ ਭੁਰਜੀ ਕਰਕੇ ਪਾਈ ਹੋਈ ਹੈ ਉਹਦਾ ਫਲੇਵਰ ਬਹੁਤ ਮਜ਼ੇਦਾਰ, ਜਿੰਨਾ ਵੱਡਾ ਸੀ ਨਾ ਉਨਾ ਅੰਦਰ ਜਾ ਕੇ ਘੁਲ ਗਿਆ। ਦੇਖੋ ਸਭ ਤੋਂ ਵਧੀਆ ਚੀਜ਼ ਪਨੀਰ ਕਿੱਥੇ ਹੈ, ਆਹ ਪਨੀਰ ਨਿਕਲ ਕੇ ਆ ਰਿਹਾ। ਖਾਸੀਅਤ ਕੀ ਹੈ ਸਭ ਤੋਂ ਜ਼ਿਆਦਾ? ਇਸਕੇ ਅੰਦਰ ਸਰ, ਹਮ ਜਬ ਇਸਕੋ ਹਮ ਬੇਕ ਕਰਵਾਤੇ ਤੋ ਉਸਕੇ ਅੰਦਰ ਪਨੀਰ ਕੀ ਸਟਫਿੰਗ ਕਰਾਤੇ ਹੈ, ਜੋ ਇਸਕੋ ਇੱਕ ਤਰੀਕੇ ਸੇ ਯੂਨੀਕ ਬਣਾਤੀ ਹੈ। ਔਰ ਭੀਗੇ ਕੁਲਚੇ ਤੋ ਬਹੁਤ ਸਾਰੀ ਜਗ੍ਹਾ ਮਿਲ ਜਾਏਂਗੇ ਆਪਕੋ ਬਣਾਤੇ ਹੈ ਲੋਕ, ਲੇਕਿਨ ਜੋ ਸਟਫਿੰਗ ਵਾਲੀ ਵਰਾਇਟੀ ਹੈ ਹਮਾਰੇ ਪਾਸ, ਆਲੂ ਸਟਫਡ ਵੀ ਹੋਤਾ ਹੈ, ਪਨੀਰ ਸਟਫਡ ਵੀ ਹੋਤਾ ਹੈ, ਉਸਸੇ ਕਿਆ ਹੋਤਾ ਹੈ ਜੋ ਫਲੇਵਰ ਹੈ ਵੋ ਔਰ ਜ਼ਿਆਦਾ ਬਿਹਤਰ ਹੋ ਜਾਤਾ ਹੈ, ਟੇਸਟ ਇਸਕਾ ਬਹੁਤ ਜ਼ਿਆਦਾ ਅੱਛਾ ਹੋ ਜਾਤਾ ਹੈ। ਕਿਆ ਬਾਤ ਹੈ। ਤੋ ਯੇ ਆਪਣਾ ਹੀ ਆਈਡੀਆ ਥਾ ਕਿ ਪਹਿਲਾਂ ਕਿਤੇ ਦੇਖਿਆ ਸੀਗਾ, ਸੋਚਿਆ ਸੀਗਾ ਕਿ ਇਹ ਥਾ? ਡੈਡੀ ਫਾਦਰ ਦਿੱਲੀ ਮੇ 10 ਸਾਲ ਦਿੱਲੀ ਮੇ ਰਹੇ ਹੈ, ਤੋ ਵਹਾਂ ਪਰ ਉਨ੍ਹੋਨੇ ਯੇ ਚੀਜ਼ ਟਰਾਈ ਕਰੀ, ਲੇਕਿਨ ਵਹਾਂ ਨਾਰਮਲ ਪਲੇਨ ਕੁਲਚਾ ਟਰਾਈ ਕਰਾ ਥਾ, ਲੇਕਿਨ ਫਿਰ ਹਮਨੇ ਯਹਾਂ ਪਰ ਆ ਕੇ ਇਸਕੋ ਹਮਨੇ ਵਰਾਇਟੀ ਹਮੇ ਆਲੂ ਔਰ ਪਨੀਰ ਕੀ ਸਟਫਿੰਗ ਕੇ ਸਾਥ ਇਸਕੋ ਐਡ ਕਰ ਦਿਆ, ਤੋ ਜੋ ਥੋੜਾ ਸਾ ਯੂਨੀਕ ਹੋ ਜਾਤਾ ਹੈ, ਜੋ ਆਮ ਤੌਰ ਪੇ ਜ਼ਿਆਦਾਤਰ ਲੋਕ ਮਿਲਤਾ ਨਹੀਂ ਹੈ ਜ਼ਿਆਦਾਤਰ ਜਗ੍ਹਾਓ ਪਰ। ਹਮਾਰਾ ਜੋ ਇਹ ਕਾਨਸੈਪਟ ਹੈ ਚਨੇ ਕਾ, ਇਹ ਚਨੇ ਕਾ ਆਪਕੋ ਸੇਮ ਫਲੇਵਰ ਆਪਕੋ ਆਸਟ੍ਰੇਲੀਆ ਮੇਂ ਵੀ ਮਿਲੇਗਾ, ਹਮਾਰੇ ਇੱਕ ਬਹੁਤ ਕਲੋਜ਼ ਫਰੈਂਡ ਹੈ
डैडी के, वो वहाँ पर ऑस्ट्रेलिया के अंदर ये सिर्फ सेम जो हमारे जो चने हैं वही मसाला वहाँ पर तैयार हो गए, चने तैयार हो रहे हैं। और हमारी जो दाल टिक्की है वो न्यूजीलैंड तक जा चुकी है, न्यूजीलैंड में भी लोग टेस्ट कर रहे हैं, वहाँ पर भी लेके जाते हैं। और दुबई के अंदर भी हमारे कुलचे छोले जा चुके हैं, दुबई के अंदर भी हमें परसों हमारे पास आए थे एक कस्टमर, वो दुबई लेके उन्होंने बोला था मैं जब डिनर करूँगा वो कुलचे छोले करूँगा दुबई में जाकर, तो दुबई में भी वो चने हमारे यहाँ से लेकर। रमू ईटिंग कॉर्नर इंटरनेशनल हो चुके हैं जी, चंडीगढ़ के अलावा जो तुम दुबई हो या ऑस्ट्रेलिया, ऑस्ट्रेलिया न्यूजीलैंड कितने भी हो उतने तुम्हें आई जाइका मिलेगा, पर जी जड़ है वो जड़ आही है, उस जड़ तो जोड़ा बाग खिले है दरखत खिले है वो जो स्वादिष्ट जो आप फ्रूट्स कह लीए फल ने वो इतने मिलने के आप फल ने जो असी चखे ने, तो हूँ तुम भी आके चखने हैं।